1 नवंबर 1984 ਦਾ ਅੱਜ ਉਹ ਦਿਨ ਆ ਜਦੋਂ ਅੱਜ ਤੋਂ 36 ਬਰੇ ਪਹਿਲਾਂ ਕਾਂਗਰਸ ਵੱਲੋਂ ਗਾਂਧੀ ਪਰਿਵਾਰ ਵੱਲੋਂ ਸਿੱਖਾਂ ਦਾ ਕਤਲੇਆਮ ਨੂੰ ਅੰਜਾਮ ਦੇਣਾ ਸ਼ੁਰੂ ਕੀਤਾ। ਅਸੀਂ ਲੰਬੇ ਸਮੇਂ ਤੋਂ ਇਸ ਲੜਾਈ ਨੂੰ ਲੜਦੇ ਆਏ ਹਾਂ, ਹਾਲਾਂਕਿ ਪਿਛਲੇ 10 ਸਾਲ ਤੋਂ ਹੀ ਸਹੀ ਮਾਇਨੇ 'ਚ ਇਹ ਲੜਾਈ ਦੁਬਾਰਾ ਤੋਂ ਸ਼ੁਰੂ ਕੀਤੀ, ਕਿਉਂਕਿ ਇਸ ਤੋਂ ਪਹਿਲਾਂ ਜਿਹੜੀਆਂ ਕਮੇਟੀਆਂ ਰਹੀਆਂ ਸੀਗੀਆਂ ਉਹ ਕਾਂਗਰਸ ਦੀਆਂ ਕਮੇਟੀਆਂ ਸੀ ਅਤੇ ਉਹਨਾਂ ਨੇ ਇਸ ਲੜਾਈ ਨੂੰ ਖਤਮ ਕੀਤਾ, ਜਿਹਦੇ ਕਾਰਨ ਕਿ ਸਾਨੂੰ ਲੰਬੀ ਲੜਾਈ ਲੜਨੀ ਪਈ। ਔਰ ਇਸੇ ਦੌਰਾਨ ਹੀ ਸੱਜਣ ਕੁਮਾਰ ਨੂੰ ਵੀ ਅਸੀਂ ਜੇਲ੍ਹ 'ਚ ਛੱਡ ਕੇ ਛੱਡਣ 'ਚ ਕਾਮਯਾਬ ਹੋਏ। ਹੁਣ ਕਮਲਨੌਤਰ ਜਗਦੀਸ਼ ਟਰੈਕਟਰ 'ਤੇ ਵੀ ਅਸੀਂ ਕੇਸ ਖੁਲਵਾਏ ਨੇ। ਅੱਜ ਜਿਹੜੀ ਇਹ ਕੈਂਡਲ ਮਾਰਚ ਕੀਤੀ ਗਈ ਹੈ ਜਿੱਥੇ ਅਸੀਂ ਆਪਣੇ ਉਹਨਾਂ ਸ਼ਹੀਦ ਪਰਿਵਾਰ ਨੂੰ ਸ਼ਰਧਾਂਜਲੀ ਦਿੰਦੇ ਹਾਂ, ਉੱਥੇ ਹੀ ਅਸੀਂ ਕਾਂਗਰਸ ਨੂੰ ਔਰ ਆਪਣੇ ਕਾਤਲ ਨੂੰ ਦੱਸਿਆ ਕਿ ਸਾਡੇ ਅੰਦਰ ਵੀ ਅਲਾਟ ਵਰਗੂ ਅੱਗ ਅਜੇ ਵੀ ਬਲਦੀ ਪਈ ਆ, ਔਰ ਇਹ ਅੱਗ ਉਦੋਂ ਤੱਕ ਸ਼ਾਂਤ ਨਹੀਂ ਹੋਊਗੀ ਜਦੋਂ ਤੱਕ ਅਸੀਂ ਆਪਣੇ ਪਰਿਵਾਰਾਂ ਦੀ ਇਸ ਕਤਲੇਆਮ ਦਾ ਬਦਲਾ ਨਾ ਲੈ ਲਈਏ। ਉਹ ਠੀਕ ਆ ਕਿ ਅਸੀਂ ਕਾਨੂੰਨ ਦੇ ਦਾਇਰੇ 'ਚ ਲੜਦੇ ਪਏ ਹਾਂ, ਸਾਡੇ ਆਪਣੇ ਲੋਕਾਂ ਨੇ ਇਹਦੇ ਅੰਦਰ ਬਹੁਤ ਨੁਕਸਾਨ ਪਹੁੰਚਾਇਆ, ਲੇਕਿਨ ਇਸ ਲੜਾਈ ਨੂੰ ਅੰਜਾਮ ਤੱਕ ਪਹੁੰਚਾਉਣ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਔਰ ਅਸੀਂ ਸਾਰੇ ਪਰਿਵਾਰ ਵਚਨਬੰਧ ਹਾਂ। ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਕਮਲਨੌਤ ਔਰ ਜਗਦੀਸ਼ ਟਰੈਕਟਰ ਵੀ ਸੱਜਣ ਕੁਮਾਰ ਦੀ ਜੇਲ੍ਹ 'ਚ ਸਾਥੀ ਹੋਣ। ਇਸ ਟਾਈਮ ਤੱਕ ਦਾ ਸਾਡਾ ਸਭ ਕੁਝ ਉਜੜ ਗਿਆ ਸੀ, ਸਾਡਾ ਕੁਝ ਵੀ ਨਹੀਂ ਬਚਿਆ। 37 ਸਾਲ ਹੋ ਗਏ, 37 ਸਾਲ ਤੋਂ ਅਸੀਂ ਰੋ ਰਹੇ ਹਾਂ, ਆਪਣੇ ਪਰਿਵਾਰ ਨੂੰ ਯਾਦ ਕਰ ਰਹੇ ਹਾਂ। ਕਿਹੋ ਜੀ ਘੜੀ ਆਈ ਸੀ, ਸਾਨੂੰ ਤਬਾਹ ਕਰ ਗਈ। ਸਾਡੇ ਭਾਰਤ ਦੇਸ਼ ਵਿੱਚ ਸਿੱਖਾਂ ਵਾਸਤੇ ਵੀ ਨਿਆਂ ਨਹੀਂ ਹੈਗਾ ਜੀ, ਜਦਕਿ ਸਾਡੇ ਸਿੱਖਾਂ ਨੇ 90% ਕੁਰਬਾਨੀਆਂ ਦਿੱਤੀਆਂ। ਆ ਜਦੋਂ ਵੀ 1 ਨਵੰਬਰ ਆਉਂਦਾ ਸਾਡੇ ਜ਼ਖਮ ਹਰੇ ਹੁੰਦੇ ਆ, ਆ ਉਹ ਜ਼ਖਮ ਜਿਹੜਾ ਸਾਡੇ ਨਾਲ ਜਾਊਗਾ।